ਅੱਜ ਦੀ ਜਿਹੜੀ ਮੀਡੀਆ ਬਾਈਟ ਹੈਗੀ ਆ ਉਹਦੇ ਵਿੱਚ ਅਸੀਂ ਸਦਰ ਥਾਣੇ ਦੇ ਵਿੱਚ ਜਿਹੜੀ ਹੈ ਇੱਕ ਵਾਰਤਕ ਗੋਲੀ ਚੱਲਣ ਦੀ ਹੋਈ ਆ ਉਹਦੇ ਸੰਬੰਧ ਵਿੱਚ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 35307324 ਆਮ ਐਕਟ ਵਿੱਚ ਜਿਹੜੀ ਹੈਗੀ ਆ ਦਰਜ ਕੀਤੀ ਹੈ। ਇਹਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਬੌਬੀ ਰੰਧਾਵਾ ਜਿਹੜਾ ਹੈਗਾ ਆ ਇਹਦੇ ਗੋਲੀ ਲੱਗੀ ਸੀਗੀ ਹੱਥ ਦੇ ਵਿੱਚ, ਔਰ ਇਹਦੇ ਦੋਸਤ ਜਿਹੜਾ ਇਹਦਾ ਦੋਸਤ ਹੈਗਾ ਬੱਲੂ ਜਿਹੜਾ ਲਕਸ਼ਮੀ ਵਿਹਾਰ ਦਾ ਰਹਿਣ ਵਾਲਾ, ਇਹਨਾਂ ਦੇ ਪੁਰਾਣੇ ਝਗੜੇ ਕਾਫੀ ਆਪਸ ਦੇ ਵਿੱਚ ਆ। 2021-22 ਦੇ ਵਿੱਚ ਵੀ ਝਗੜਾ ਹੋਇਆ ਸੀਗਾ, ਔਰ ਇਸ ਤੋਂ ਬਾਅਦ ਚ ਹੁਣ ਵੀ ਜਿਹੜਾ ਹੈਗਾ ਇਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਝਗੜਾ ਹੋਇਆ, ਔਰ ਜਿਸ ਕਰਕੇ ਇਹਨੇ ਜਿਹੜਾ ਹੈਗਾ ਬੱਲੂ ਨੇ ਇਹਨੂੰ ਆਪਣੇ ਗੁਰਪ੍ਰੀਤ ਗੋਪੀ ਨੂੰ ਮੋਟਰਸਾਈਕਲ ਤੇ ਜਾ ਰਹੇ ਨੂੰ ਆਵਾਜ਼ ਮਾਰ ਕੇ ਗੱਲਬਾਤ ਕਰਦਿਆਂ ਤੂੰ ਤੂੰ ਮੈਂ ਦੇ ਵਿੱਚ ਜਿਹੜੀ ਹੈਗੀ ਆ ਅੱਜ ਗੋਲੀ ਚੱਲੀ ਹੈ, ਔਰ ਇਹਦੇ ਨਾਲ ਇਹ ਮਜ਼ਰੂਬ ਜਿਹੜਾ ਹੈਗਾ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਹੈਗਾ ਗੁਰੂ ਨਾਨਕ ਦੇਵ ਹਸਪਤਾਲ ਐਡਮਿਟ ਹੋਇਆ, ਜਿਹਦਾ ਬਿਆਨ ਲੈ ਕੇ ਜਿਹੜਾ ਹੈਗਾ ਐਫ ਆਈ ਆਰ ਨੰਬਰ 35 ਅੰਡਰ ਸੈਕਸ਼ਨ 307 IPC ਜਿਹੜੀ ਹੈਗੀ ਆ ਦਰਜ ਕੀਤਾ ਗਿਆ। ਇਹਦੇ ਨਾਲ 25 ਆਮ ਐਕਟ ਲਾਇਆ ਗਿਆ, ਔਰ ਦੋਸ਼ੀਆਂ ਦੀ ਭਾਲ ਦੇ ਲਈ ਰੇਡ ਕੀਤੇ ਜਾ ਰਹੇ ਨੇ। ਇਹਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਪੁਰਾਣੀ ਵਜ੍ਹਾ ਰੰਜਿਸ਼ਾਂ ਦੀ ਜਿਹੜੀ ਹੈਗੀ ਆ ਪੁਰਾਣੀ ਆਪਸ ਦੇ ਵਿੱਚ ਲਾਗ ਡਾਟ ਹੈਗੀ ਆ, 2021-22 ਦੇ ਵਿੱਚ ਵੀ ਝਗੜੇ ਹੋਏ ਸੀਗੇ ਤੇ ਥੋੜੇ ਦਿਨ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਜਿਹੜਾ ਹੈ ਝਗੜਾ ਹੋਇਆ ਸੀ।